बरगमाल बनाया से ना यानी के असले दे यूर ते अमेरिका ने वो चार मुसलमान है गए जिन्होंने असला लैके तो उन्होंने बंदे ना बरगमाल बनाया से अमेरिका ने चार बंदे फर कराते उन्होंने मार दिता उन्होंने कहा जी किसी भी एंदा जेड़ा नवा कानून बनना है नवा बन रहा है उन्होंने कहा कि इंसानी समगलम ते अबादत गाहां जिन्ना जिन्ना लोगों ने इस्तेमाल किया है उन्होंने प्रोटोकॉल जेड़े ना खत्म किए जाने तो उन्होंने कहा जी ये जेड़ा हुण नवा शुरू होया लाहौर दे ਇਹਦੇ ਬਾਰੇ ਚ ਉਹਨੇ ਕਿਹਾ ਬਚਾਰ ਫੜਾਈ ਮੈਨੂੰ ਖਾਨ ਇਹਨਾਂ ਨੂੰ ਹੁੰਜ ਨਹੀਂ ਵਾ ਤੇ ਵਜ਼ੀਰ ਆਲਾ ਪੰਜਾਬ ਚਲੋ ਠੀਕ ਮਤਾਰ ਫੜਾ ਬੰਦ ਅਰੇ ਮੇਰਾ ਮਸਲ ਦਾ ਕੋਈ ਦਿਲ ਰਿਦ ਨਹੀਂ ਰਹਾ ਸੀ ਜਗਾ ਲਾਹੌਰ ਤਰੱਕੀ ਨਾ ਕਰੇ ਤੇ ਕੋਟਾ ਤੇ ਕਰਾਚੀ ਵਾਲੇ ਤਰੱਕੀ ਕਰਨ ਤੇ ਜਾਂ ਪਸ਼ੌਰ ਵਾਲੇ ਤਰੱਕੀ ਕਰਨ ਤੇ ਲਾਹੌਰ ਵਾਲਿਆਂ ਦਾ ਕੀ ਕਰਨਾ ਹੈ ਲਾਹੌਰ ਵਾਲਿਆਂ ਦਾ ਕੀ ਕਰਨਾ ਹੈ ਹੈ ਆ ਦੇਖੋ ਨਾ ਕਤੇ ਮੇਰਾ ਮਕਸਦ ਹੈ ਕਿ ਚਾਈਨਾ ਤੇ ਰੂਸ ਤੇ ਈਰਾਨ ਵਾਲੇ ਦੇ ਕੁੱਤੇ ਸੁਣਦੇ ਹੀ ਇਸਲਾਮਾਬਾਦ ਤੇ ਕਦੇ ਆ ਜਾਂਦੀ ਹੈ ਪੁਰਾਣੀ ਨਾਰਕਲੇ ਤੇ ਸਾਨੂੰ ਵੀ ਤਾਂ ਪਤਾ ਲੱਗਣ ਨਾ ਕਿੱਥੋਂ ਕਿੱਥੋਂ ਦੀਆਂ ਕੁੱਤੀਆਂ ਆ ਕੇ ਸੁਣਨੀਆਂ ਪਈਆਂ ਤੇ ਇਹ ਜਿਹੜਾ ਨਾਰਕਲੀ ਵਾਲਾ ਵਾਕਿਆ ਹੋ ਗਿਆ ਇਹਦੇ ਦਾਦੂ ਦੇ ਬੰਦੇ ਨੇ ਵਿੱਚ ਦਾਦੂ ਦੇ ਬੰਦੇ ਨੇ ਪੁਰਾਣਾ ਵਜ਼ੀਰਿਆ ਲਾ ਰਿਹਾ ਨੇ ਵਿੱਚ ਅਸਲਮ ਰੁਖਸਾਨੀ ਅੱਛਾ ਜੀ ਉਹਨਾਂ ਨੂੰ ਇਹ ਟੀਮ ਤਿਆਰ ਕਰ ਰਹੀ ਹੈ ਕਿ ਦੁਸ਼ਮਣੀ ਜਿਹੜੀ ਅੱਗੇ ਤੱਕ ਵਧੇ ਉਧਰੋਂ ਫਿਰ ਉਧਰੋਂ ਹੋਰ ਅੱਗੇ ਬੰਦੇ ਆਣਗੇ ਇਹ ਲਿਆਂਦੇ ਪਹਿਲਾਂ ਦਹਿਸ਼ਤਗਰਦਾਂ ਦੇ ਆ ਕੇ ਫਿਰ ਦਹਿਸ਼ਤਗਰਦੀ ਖਲੋਣਾ ਨਾ ਦਹਿਸ਼ਤਗਰਦੀ ਖਲੋਣਾ ਜੇ ਅਗਰ ਇੱਕ ਦਹਿਸ਼ਤਗਰਦ ਹੈ ਉਹਦੇ ਅੱਗੇ ਫਿਰ ਦਹਿਸ਼ਤਗਰਦ ਨੂੰ ਲਿਆ ਕੇ ਖੜਾ ਕਰ ਦੇ ਉਹਨਾਂ ਨੇ ਕਿ ਵੀ ਚਲੋ ਮਰਦੇ ਰਹੋ ਤੇ ਮਾਰਦੇ ਰਹੋ ਅੱਲਾ ਪਾਕ ਹੀ ਆਪਣੇ ਹਿਫਜ਼ੋ ਇਮਾਨ ਚ ਰੱਖੇ ਜੀ ਸਾਰਿਆਂ ਨੂੰ ਇਹ ਤੇ ਇੰਡੀਆ ਨਾਲ ਅਮਰੀਕਾ ਚੱਲਦਾ ਸੀ ਅਮਰੀਕਾ ਨੂੰ ਵੀ ਫਾਇਦਾ ਸੀ ਇੰਡੀਆ ਨੂੰ ਵੀ ਫਾਇਦਾ ਸੀ ਜਿਹਦੇ ਵਿੱਚ ਹੁਣ ਅਮਰੀਕਾ ਨੁਕਸਾਨ 'ਚ ਜਾ ਰਿਹਾ ਹੈ ਇੰਡੀਆ ਨੇ ਕਹਿਤਾ ਕਿ ਅਗਰ ਅਮਰੀਕਾ ਨੇ ਨੈਸ਼ਨਲ ਸਿਕਿਉਰਿਟੀ ਯਾਨੀ ਕਿ ਇਰਾਨ ਔਰ ਰੂਸ ਕੇ ਸਾਥ ਤਲੁਕਾਲ ਜਾਂ ਸ਼੍ਰੀਲੰਕਾ ਨੇ ਬਹਾਲ ਕਰਨੇ ਹੈ ਤੋ ਭਾਈ ਹਮਨੇ ਤੋ ਕਭੀ ਵੀ ਅਮਰੀਕਾ ਕੇ ਕਿਸੀ ਵੀ ਇਦਾਰੇ ਕੋ ਬਰਗਬਾਨ ਨਹੀਂ ਬਣਾਇਆ ਔਰ ਹਮਾਰੇ ਹਾਂ ਮੁਲਕ ਮੇ ਜੂਤੇ ਵੀ ਕਿਸੀ ਕੋ ਨਹੀਂ ਲਗਤੇ हाँ जूता उसको लगा था ना अमेरिका वालों को इंडिया ने क्या हमारी सर जमीन के ऊपर किसी सदर को आज तक जूते नहीं लगे हमारी सर जमीन के ऊपर दूसरों के जमीनों के ऊपर जो कुछ हुआ है उसको तो हम ठेकेदार नहीं है ये अपनी धरती के जिम्मेदार है हाँ अपनी धरती से जिम्मेदार है ਕੋਈ ਵੀ ਕਹਿ ਦੇਵੇ ਮੌਲਾਨਾ ਫਜ਼ਲੁਰ ਰਹਿਮਾਨ ਨਵਾਜ਼ ਸ਼ਰੀਫ ਇਮਰਾਨ ਖਾਨ ਕੋਈ ਵੀ ਜਰਨਲ ਮਰਿਆ ਹੈ ਜਾਂ ਕੋਈ ਬਾਦਸ਼ਾਹ ਕਿਸੇ ਨੂੰ ਮਾਰ ਪਈ ਹੈ ਉੱਥੇ ਨਹੀਂ ਅਸੀਂ ਤਾਂ ਬੈਲਨ ਕੰਮ ਕਰਨੇ ਆ ਠੀਕ ਹੈ ਦੁਸ਼ਮਣੀ ਆਪਣੀ ਜਗ੍ਹਾ 'ਤੇ ਨਾ ਆਪਣੀਆਂ ਜਗ੍ਹਾ 'ਤੇ ਭਾਅ ਜੀ ਲੇਕਿਨ ਨਹੀਂ ਕਿਸੇ ਵੀ ਅਫੀਸਰ ਨੂੰ ਚਪੇੜ ਮਾਰਨਾ ਜੁਰਮ ਹੈ ਹਾਂਜੀ ਅਤੇ ਇੱਥੇ ਆਪਣਾ ਅਫਸਰਾਂ ਦੀਆਂ ਵੀ ਵਰਦੀਆਂ ਲਾਓ ਅਤੇ ਉਹਨਾਂ ਨੂੰ ਅੰਦਰ ਕਰੋ ਤੇ ਉਹਨਾਂ ਦੀਆਂ ਬੇਬੀਆਂ ਨੂੰ ਅਗਵਾ ਕਰੋ ਫਿਰ ਉਹਨਾਂ ਕੋਲੋਂ ਸੀਟੀ ਬੀਟੀ ਤੇ ਦਸਤਖਤ ਕਰਾਓ ਇਹ ਇਧਰ ਹੋ ਰਿਹਾ ਬਸ ਨਾ ਇਨਸਾਫੀਆਂ ਜ਼ਿਆਦਾ ਹੈ ਨਾਮ ਤਰੀਕੇ ਇਨਸਾਫ ਹੈ ਤੋ ਕਾਮ ਨਾ ਇਨਸਾਫੀਆਂ ਵਾਲੇ ਹਨ ਗੁੱਸਾ ਚੜਿਆ ਨਾ ਜੀ ਲੈ ਹਾਂਜੀ ਕਿਹਾ ਜੀ ਤਰੀਕੇ ਇਨਸਾਫ ਮੇਂ ਇਨਸਾਫ ਹੋ ਰਿਹਾ ਨਹੀਂ ਜੀ ਅਸੀਂ ਤਾਂ ਖੁਦ ਇਸ ਪਾਰਟੀ ਨਾਲ ਬੜਾ ਪਿਆਰ ਕਰਦੇ ਸੀ ਔਰ ਅਸੀਂ ਆਪਣੇ ਇਮਰਾਨ ਖਾਨ ਨਾਲ ਬੜਾ ਸੀ ਬਾਕੀ ਸਾਨੂੰ ਸਾਡੇ ਈਮਾਨ ਜਿਹੜਾ ਇਹਨੇ ਡੋਲਤਾ ਸਾਡਾ ਤਾਂ ਮਤਲਬ ਕਿ ਜੋ ਇਹਦੇ 'ਤੇ ਉਮੀਦ ਸੀ ਔਰ ਯਕੀਨ ਸੀ ਉਹ ਇਹਨੇ ਸਾਡਾ ਕਿਉਂਕਿ ਸਾਨੂੰ ਸਾਰੇ ਦੋਸਤ ਕਹਿੰਦੇ ਨੇ ਕਿ ਇਮਰਾਨ ਖਾਨ ਤੁਸੀਂ ਤਾਂ ਕਹਿੰਦੇ ਸੀ ਕਿ ਬੜਾ ਅੱਛਾ ਲੀਡਰ ਹੈ ਅਤੇ 3 ਸਾਲ ਦੇ ਵਿੱਚ ਮਤਲਬ ਕਿ ਇਹਨੇ ਕੁਛ ਨਹੀਂ ਕੀਤਾ ਲਿਹਾਜ਼ਾ ਇਹਨਾਂ ਦਾ ਮਤਲਬ ਕਿ ਜਿਹੜੀ ਚੀਨੀ ਮਤਲਬ 20 ਰੁਪਏ ਕਿਲੋ ਸੀ ਉਹ ਹੁਣ 110 ਰੁਪਏ ਕਿਲੋ ਆਟਾ ਉਹ ਗਰੀਬ ਆਦਮੀ ਨਹੀਂ ਖਾ ਸਕਦਾ ਅਤੇ ਹੁਣ ਕਿ ਇੰਡੀਆ ਜਾਵੇ ਪਾਕਿਸਤਾਨ ਦਾ ਮਤਲਬ ਬੰਦਾ ਹੁਣ ਇੰਡੀਆ ਜਾ ਕੇ ਮਤਲਬ ਕਿ ਆਪਣਾ ਟਾਈਮ ਪਾਸ ਕਰੇ ਚਲੋ ਇੰਡੀਆ ਦੇ ਨਾਲ ਸਾਨੂੰ ਮਤਲਬ ਤੂੰ ਮੁਲਵਸ ਕਰ ਰਿਹਾ
ਮਤਲਬ ਇੰਡੀਆ 'ਚ ਮੰਗਿਆਈ, ਇੰਡੀਆ ਨਾਲੋਂ ਪਾਕਿਸਤਾਨ 'ਚ ਅਜੇ ਵੀ ਮੰਗਿਆਈ ਘੱਟ, ਇੰਡੀਆ ਨਾਲ ਸਾਡਾ ਕੀ ਤਲਬ? ਅਸੀਂ ਜਦੋਂ ਆਪਣੇ ਨਬੀ ਦੇ ਮੰਨਣ ਵਾਲੇ, ਸਾਡਾ ਉਹ ਭਗਵਾਨ ਦੇ ਮੰਨਣ ਵਾਲਿਆਂ ਨਾਲ ਸਾਡਾ ਕੋਈ ਤਲਕ ਨਹੀਂ। ਜਦੋਂ ਅੱਲਾਹ ਪਾਕ ਨੇ ਤੈਨੂੰ ਇੱਜ਼ਤ ਦਿੱਤੀ ਹੈ, ਸ਼ੋਹਰਤ ਦਿੱਤੀ ਕਿ ਅੱਲਾਹ ਪਾਕ ਨੇ ਤੈਨੂੰ ਉਹਨਾਂ ਦਾ, ਕਿਸੇ ਨੇ ਵੋਟ ਨਹੀਂ ਤੈਨੂੰ ਦਿੱਤਾ, ਅੱਲਾਹ ਪਾਕ ਨੇ ਤੈਨੂੰ ਤੇਰੇ 'ਤੇ ਰਹਿਮਤ ਕੀਤੀ ਹੈ, ਤਾਂ ਤੂੰ ਉਸ ਰਹਿਮਤ ਦਾ ਸਦਕਾ ਕਿਸੇ 'ਤੇ ਉਹਨਾਂ ਦਾ ਮਤਲਬ ਕੋਈ ਭਲਾ ਦਾ ਕਰ। ਇਹ ਵਾਰ ਵਾਰ ਇਹ ਦਿਨ ਨਹੀਂ ਆਉਣੇ, ਲਿਹਾਜ਼ਾ ਤੁਸੀਂ ਇਹ ਗਰੀਬ ਨੂੰ ਗਰੀਬ ਸਮਝੋ ਔਰ ਗਰੀਬ ਦਾ ਹੱਕਦਾਰ ਦਿਓ। ਔਰ ਜਿਵੇਂ ਭੁੱਟੋ ਦਾ ਨਾਂ ਚੱਲ ਰਿਹਾ, ਉਸ ਤਰ੍ਹਾਂ ਇਮਰਾਨ ਖਾਂ ਹੋਵੇ, ਮਜ਼ੇਦਾਰ ਹੀ ਹੈ। ਫਿਰ ਇਹਦਾ ਮਤਲਬ ਨਹੀਂ ਕਿ ਅੱਜ ਬਲਾਵਲ ਆ ਗਿਆ ਜੀ, ਅੱਜ ਫਲਾਣਾ ਆ ਗਿਆ ਜੀ। ਬਾਬਾ ਜੀ ਦੇਖੋ ਨਾ, ਬੜੀ ਲੰਬੀ ਬਾਤ ਕਰ ਦੀ ਆਪਣੇ। ਦੇਖੋ ਪਹਿਲੇ ਬਜਟ ਸਾਲ ਮੇਂ ਇੱਕ ਦਫਾ ਪੇਸ਼ ਹੋਤਾ ਥਾ, ਹਾਂਜੀ, ਔਰ ਸਾਲ ਮੇਂ ਇੱਕ ਦਫਾ ਮਹਿੰਗਾਈ ਬੜਤੀ ਥੀ, ਔਰ ਸਾਥ ਤਨਖਾਹ ਵੀ ਬੜਤੀ ਥੀ, ਪੈਨਸ਼ਨੇ ਬੜਤੀ ਥੀ, ਹਰ ਚੀਜ਼ ਥੋੜ੍ਹੀ ਥੋੜ੍ਹੀ ਬੜਤੀ ਥੀ। ਤੋ ਅਬ ਤੋ ਹਫਤੇ ਬਾਅਦ ਬਜਟ ਪੇਸ਼ ਹੋਤਾ, ਤੋ ਹਫਤੇ ਬਾਅਦ ਰੇਟ ਬੜਤੇ ਹੈ, ਤੋ ਇਸਕੇ ਬਾਰੇ ਮੈਂ ਆਪ ਕਿਆ ਕਹੇਂਗੇ? ਉਹ ਅਸੀਂ ਇਸ ਲਈ ਨਾ ਨਹੀਂ ਕੁਛ ਕਹਿ, ਹਰ ਦੁਕਾਨ ਕਾ ਆਪਣਾ ਰੇਟ ਹੈ ਦੂਸਰੋਂ ਕਾ, ਹਾਂਜੀ। ਲਿਹਾਜ਼ਾ ਮੈਂ ਇਸ ਹਕੂਮਤ ਨੂੰ ਇਹੋ ਹੀ ਸਾਡੀ ਦਰਖਾਸਤ ਹੈ ਕਿ ਜਿਹੜਾ ਦੁਕਾਨਦਾਰ ਹੈ ਉਹਦੀ ਲਿਸਟ 'ਚ ਕੀਤੀ ਜਾਏ, ਜਿਹੜਾ ਮਤਲਬ ਕਿ ਆਪਣੇ ਰੇਟ ਤੋਂ ਵੱਧ ਰੁਪਈਆ ਵੀ ਵੱਧ ਲੈਂਦਾ, ਉਹਨੂੰ ਲਿਹਾਜ਼ਾ ਇਲਾਕੇ ਦਾ ਇੰਚਾਰਜ ਮੇਰੇ ਨਾਲ ਡਿਊਟੀ ਦੇਣਗੇ। ਆਪ ਬਹੁਤ ਅੱਛੀ ਬਾਤ ਕਰ ਰਹੇ ਹੋ ਜੀ, ਅੱਲਾਹ ਪਾਕ ਆਪਕੀ ਖੈਰ ਕਰੇ। ਆਪ ਚਾਹ ਰਹੇ ਹੈ ਕਿ ਇਹ ਸਭ ਰੇਟ ਲਿਸਟ ਦੁਕਾਨੋਂ ਪਰ ਲੱਗ ਜਾਏ ਤੋ ਫਿਰ ਬਿਹਤਰ ਹੋ ਜਾਏਗਾ। ਹਾਂਜੀ ਠੀਕ ਹੈ ਠੀਕ ਹੈ, ਇੰਤਜ਼ਾਮ ਅੱਛਾ ਹੋ ਜਾਏਗਾ। ਠੀਕ ਹੈ ਠੀਕ ਹੈ, ਹੁਣ ਇਹ ਵੀ ਪੀਡੀਐਮ ਡੈਮੋਕ੍ਰੇਟ ਦੇ ਜਿਹੜੇ ਨਾ ਮਜ਼ਾਕਰਾਤ ਖਤਮ ਹੋ ਗਏ ਨਾ। ਅੱਛਾ ਜੀ, ਅਮਰੀਕਾ ਜਿਸ ਲੈਣ ਤੇ ਚਾਹੁੰਦਾ ਸੀ ਨਾ ਕਿ ਡੈਮੋਕ੍ਰੇਟ ਹੋਵੇ, ਉਹਦੇ ਉੱਤੇ ਡੈਮੋਕ੍ਰੇਟ ਪਾਕਿਸਤਾਨ ਨੂੰ ਇਹਨਾਂ ਨੇ ਇਸਤੇਮਾਲ ਕੀਤਾ। ਡੈਮੋਕ੍ਰੇਟ ਜਿਹੜਾ ਇੰਡੀਆ ਦਾ ਮਨਸੂਬਾ, ਯਾਨੀ ਕਿ ਇੱਕ ਪੇਪਰ ਜਿਹੜਾ ਚੋਰੀ ਕਰਕੇ ਤੇ ਦੂਸਰੇ ਮੁਲਕ ਦੇ ਵਿੱਚ ਸ਼ੋਅ ਕਰ ਦਿੰਦਾ, ਇਸ ਵਜ੍ਹਾ ਤੋਂ ਡੈਮੋਕ੍ਰੇਟ ਜਿਹੜਾ ਫੇਲ ਹੋ ਗਿਆ ਤੇ ਇੱਥੇ ਆਪਣਾ ਬੰਬ ਧਮਾਕਾ ਹੋ ਗਿਆ, ਇੱਥੇ ਬੰਬ ਧਮਾਕਾ ਹੋ ਗਿਆ। ਦੇਖੋ ਇਹ ਵੀ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਉਧਰੋਂ ਫਿਰ ਪੀਡੀਐਮ, ਇਹ ਦੇਖੋ ਪੀਡੀਐਮ ਇਮਰਾਨ ਖਾਨ ਪੀਪਲ ਪਾਰਟੀ ਇੱਕ ਹੀ ਅਸਰ ਉਹਨੂੰ ਆਸ਼ਰੇ ਨੂੰ ਸ਼ਾਰਟਕੱਟ ਕਰਨ ਵਾਸਤੇ ਕਿ ਪੰਜਾਬ ਨੂੰ ਖਤਮ ਕੀਤਾ ਜਾਏ, ਪੰਜਾਬ ਸੂਬਾ ਨਹੀਂ ਬਣ ਸਕਦਾ, ਇੱਥੋਂ ਦੀ ਆਵਾਮ ਦੇ ਵੋਟ ਹੀ ਨਹੀਂ ਹੈ ਤੇ ਏਡਾ ਵੱਡਾ ਭੈਣ ਚੋਦੋ ਸੂਬਾ ਤੇ ਇੱਥੇ ਵੋਟ ਕੋਈ ਨਹੀਂ, ਸਭ ਤੋਂ ਵੱਡਾ ਸੂਬਾ ਪੰਜਾਬ ਦਾ। ਹਾਂਜੀ, ਤੇ ਪੰਜਾਬ ਨੂੰ ਇਹਨਾਂ ਨੇ ਕੈਂਸਲ ਕਰਤਾ ਪੂਰੇ ਪੰਜਾਬ, ਪਾਕਿਸਤਾਨ ਖੈਬਰ ਪਖਤੂਨਖਵਾ ਉਧਰੋਂ ਮੇਰਾ ਮਕਸਦ ਹੈ ਕਿ ਜਨੂਬੀ ਪਾਕਿਸਤਾਨ ਹਿੱਸੇ ਬਣਾ ਕੇ ਨਾ ਕਿਰਾਇਆ ਤੇ ਦੇ ਕੇ ਹੈ ਤੇ ਪਾਕਿਸਤਾਨ ਨੂੰ ਯਾਨੀ ਕਿ ਖਤਮ ਕਰ ਦਿਓ। ਇਹ 2001 ਚ ਹੋਣਾ ਸੀ, ਮੈਂ ਤੇ ਗੈਰ ਮੁਲਕੀ ਆ ਨਾ, ਮੈਂ ਤੇ ਤੁਹਾਨੂੰ ਦੱਸ ਵੀ ਦਵਾਂ ਇੱਥੇ ਬਹਿ ਕੇ ਜਿੱਥੇ ਜਿੱਥੇ ਕਤਲ ਹੋਏ ਜੋ ਕੁਛ ਹੋਇਆ ਮੈਨੂੰ ਇਹਨਾਂ ਨੇ ਕਿਹੜਾ ਫੜਨਾ ਹੈ? ਹਾਂਜੀ ਹਾਂਜੀ, ਇਹ ਸਹੀ ਰਿਪੋਰਟ ਰੱਖ ਦਿਓ ਤੁਸੀਂ, ਮੈਂ ਸੱਚ ਬੋਲ ਦੇਣਾ, ਨੌਲੇਜ ਰੱਖਦੇ ਹੋ ਤੁਸੀਂ, ਕਿਉਂਕਿ ਜਿਸਰੇ ਪੱਕ ਇਹ ਪੰਜਾਬ ਦੇ ਵਿੱਚ ਜਦੋਂ ਪੰਜਾਬ ਅਸੈਂਬਲੀ 'ਚ ਧਮਾਕਾ ਹੋ ਜਾਂਦਾ, ਅਸੈਂਬਲੀ ਕਿਹਦੀ ਹੁੰਦੀ ਹੈ? ਵਜ਼ੀਰ ਆਲਾ ਦੀ, ਵਜ਼ੀਰ ਆਲਾ। ਹਾਂਜੀ, ਉਹ ਪੰਜਾਬ ਅਸੈਂਬਲੀ ਜਿਹੜੀ ਹੈ ਵਜ਼ੀਰ ਆਲਾ ਦੀ ਹੈ, ਤੇ ਜਦੋਂ ਵਜ਼ੀਰ ਆਲਾ ਨੂੰ ਇਹਨੇ ਪਤਾ ਹੈਗਾ ਤੇ ਫਿਰ ਉੱਥੇ ਤੁਸੀਂ ਕੀ ਜਵਾਬ ਦੇ ਸਕਦੇ ਹੋ? ਹਾਂ, ਵਜ਼ੀਰ ਆਲਾ ਨੂੰ ਨਹੀਂ ਪਤਾ ਜਿਹਦੀ ਅਸੈਂਬਲੀ ਹੈ, ਉਹਦੀ ਸਿਕਿਉਰਿਟੀ ਨਾਕਸ ਹੈ। ਹਾਂਜੀ, ਉਹਦੀ ਸਿਕਿਉਰਿਟੀ ਨਾਕਸ ਹੈ। ਹਾਂਜੀ, ਜਿੰਨਾ ਸ਼ੇਖ ਰਸ਼ੀਦ ਨੂੰ ਦਾ ਮਸਲਨ ਕਿ ਸਿਆਸੀ ਲੀਡਰ ਸੀ ਨਾ, ਜਿੰਨਾ ਮਸਲਨ ਕਿ ਇਹਨੂੰ ਜਿਵੇਂ ਇਮਰਾਨ ਖਾਨ ਨੇ ਦੁਬਾਰਾ ਮਸਲਨ ਕਿ ਇਹਦੇ ਨਾਲ ਜਿੰਨੇ ਲੀਡਰ ਪੈਣੇ ਸਰ, ਇਮਰਾਨ ਖਾਨ ਦੇ ਨਾਲ ਜਿਵੇਂ ਹੁਣ ਬੈਠਾ ਜਾਂ ਮਸਲਨ ਕਿ ਸੁਲਤਾਨ ਗੁਲਜ਼ਾਰ ਸਾਹਿਬ ਨੇ, ਇਹਨਾਂ ਨੂੰ ਚਾਹੀਦਾ ਦਲੇਰ ਆਦਮੀ ਨੇ ਕਿ ਮਤਲਬ ਕਿ ਜੇ ਫੌਜ ਇਹਨਾਂ ਦੇ ਨਾਲ ਤੇ ਆਪ ਗੁੰਡੇ ਨੇ, ਗੁੰਡਿਆਂ ਨੂੰ ਨੱਥ ਪਾਉਣ। ਹਾਂਜੀ, ਚਾਰ ਹਿੱਸੇ ਤਕਸੀਮ ਹੋ ਗਈ। ਹਾਂਜੀ, ਕਿਹੜਾ ਪਾਕਿਸਤਾਨ ਦੀ ਫੌਜ ਜਿਹੜੀ ਹੈ ਚਾਰ ਹਿੱਸਿਆਂ 'ਚ ਤਕਸੀਮ ਹੋ ਚੁੱਕੀ ਹੈ। ਹਾਂਜੀ ਹਾਂਜੀ, ਪੀ ਐੱਸ ਪੀ ਆਰ ਜਿਹੜਾ ਉਹ ਵੱਖਰਾ ਹੋ ਗਿਆ, ਫਿਰ ਆਪਣਾ ਤੁਹਾਡੇ ਜੀ ਆਰਮੀ ਚੀਫ ਦੀ ਵੱਖਰੀ ਹੈ, ਨੈਸ਼ਨਲ ਸਿਕਿਉਰਿਟੀ ਵੱਖਰੀ ਹੈ, ਬਲੋਚਿਸਤਾਨ ਦੀ ਵੱਖਰੀ ਹੈ, ਖੈਬਰ ਪਖਤੂਨਖਵਾ ਦੀ ਵੱਖਰੀ ਹੈ, ਇਹ ਕਦੀ ਰੂਸ ਨਾਲ ਹੋ ਜਾਂਦੇ ਨੇ, ਕਦੀ ਚਾਈਨਾ ਨਾਲ, ਕਦੀ ਸਾਊਦੀ ਅਰਬ ਨਾਲ, ਕਦੀ ਇਰਾਨ ਨਾਲ। ਅਤੇ ਦੇਖ ਲਓ ਕਰੋਨਾ ਦਾ ਤਾਂ ਸਿਰਫ ਇਹਨਾਂ ਨੇ ਇੱਕ ਕਮਾਂਡ ਹੀ ਬਣਾ ਛੱਡੀ ਕਿ ਮਤਲਬ ਕਿ ਕਰੋਨਾ ਹੈ ਕਰੋਨਾ। ਉਹ ਇੰਨਾ ਪੈਸਾ ਗਿਆ ਕਿੱਥੇ? ਦੁਲਵਾਮ ਪੁੱਛਦੀ ਕਿ ਇੰਨਾ ਪੈਸਾ ਗਿਆ ਕਿੱਥੇ? ਹਰ ਚੀਜ਼ ਦਾ ਟੈਕਸ, ਹਰ ਚੀਜ਼ ਦਾ ਟੈਕਸ, ਉਹ ਪੈਸੇ ਦਾ ਕੁਛ ਸਾਹਮਣੇ ਤਾਂ ਦਿਖਾ।
ਤੇ ਸਾਨੂੰ ਵੀ ਪਤਾ ਲੱਗ ਗਿਆ ਉਹ ਗਰੀਬ ਤਾਂ ਉੱਥੇ ਤੇ ਉੱਥੇ ਹੀ ਰਹਿ ਗਿਆ, ਗਰੀਬ ਤਾਂ ਰੋਟੀਆਂ ਵੀ ਆਵਾਜ਼ਾਰ ਹੋ ਗਏ, ਗਰੀਬ ਨਹੀਂ ਕਰਨੇ ਪਏ ਨਾ ਅੱਜ ਤੱਕ, ਗਰੀਬ ਰਹਿਣ ਨਹੀਂ ਦੇਣਾ। ਹਾਂਜੀ ਇਹ ਕਹਿੰਦੇ ਸੀ ਪਾਕਿਸਤਾਨ ਕੇ ਸਾਥ ਖਿਲਵਾੜ ਹੂਆ ਹੈ, ਤਰੀਹ ਇਨਸਾਫ ਵਾਲੇ, ਹਾਂਜੀ ਤਰੀਹ ਇਨਸਾਫ ਵਾਲੇ ਪਹਿਲੇ ਕਹਤੇ ਥੇ ਪਾਕਿਸਤਾਨ ਕੇ ਸਾਥ ਖਿਲਵਾੜ ਹੂਆ ਹੈ। ਹਾਂਜੀ ਹਮ ਵੀ ਬੜੇ ਭਾਈ ਹਮਨੇ ਬੋਲਾ ਇਨਕੋ ਵੀ ਖਿਲਵਾੜ ਕਿਆ ਹੂਆ ਹੈ, ਇਨ ਲੋਗੋ ਨੇ ਬੋਲਾ ਕਿ ਪਾਕਿਸਤਾਨ ਕੇ ਬੀਵੀ ਕੋ ਕਰਾਚੀ ਥਾਣਾ ਜੋਹਰਾਬਾਦ ਮੇ ਅਗਵਾ ਕੀਆ ਗਿਆ, ਹਮ ਤੋ ਹਮਸਾਏ ਥੇ ਹਮਨੇ ਉਨਕੋ ਪਕੜ ਲਿਆ ਕੇ ਵੀ ਆਪ ਲੋਗੋ ਨੇ ਪਾਕਿਸਤਾਨ ਕੇ ਬੀਵੀ ਕੋ ਕਿਉਂ ਅਗਵਾ ਕੀਆ। ਹਾਂਜੀ ਅਸੀਂ ਉਹਨਾਂ ਨੂੰ ਜਾ ਕੇ ਫੜ ਲਿਆ ਕਿ ਤੁਸੀਂ ਮੇਰਾ ਮਸਾ ਸਾਡੇ ਨਾਲ ਹੋ, ਕੋਈ ਮੁਲਕ ਹੈ ਉਧਰੋਂ ਸਾਨੂੰ ਸਾਰੇ ਮਹਿਕਮੇ ਦੇਣਾ, ਸਾਨੂੰ ਓਪਰੇਸ਼ਨ ਦੀ ਇਜਾਜ਼ਤ ਹੈਗੀ ਸੀ। ਅੱਛਾ ਅਸੀਂ ਇਹਨਾਂ ਨੂੰ ਜੂਲੇ ਲਾਲ ਨੂੰ ਫੜ, ਸ਼ਾਹ ਨੂੰ ਫੜ, ਜ਼ਰਦਾਰੀ ਨੂੰ ਫੜ, ਗਾਜ਼ੀ ਰੋਡ ਵਾਲਿਆਂ ਨੂੰ ਫੜ, ਲਾਲ ਮਸਜਿਦ ਵਾਲਿਆਂ ਨੂੰ ਫੜ, ਸਾਰਿਆਂ ਨੂੰ ਮੈਂ ਵੀ ਲਾਹੌਰ ਦੇ ਜੀ ਬੰਬ ਤੋਂ ਆਕੇ ਕਿਉਂ ਨਹੀਂ ਲੱਗਦੇ। ਉਹਨਾਂ ਨੇ ਕਿਹਾ ਜੀ ਬਸ ਜੀ ਅਸੀਂ ਇੰਨਾ ਵਡੇਰਾ ਸਾਈ ਹੈ, ਮੈਂ ਵੀ ਵਡੇਰਾ ਸਾਈ ਹੈ ਆਪਣੇ ਘਰ ਹੈ। ਹਾਂਜੀ ਕੋਈ ਵੀ ਹੈ ਜੀ, ਮੇਰਾ ਮਸਾਂ ਨਵਾਜ਼ ਸ਼ਰੀਫ ਨੂੰ ਦੱਸੋ ਵਡੇਰੇ ਜਾਂ ਵਜ਼ੀਰ ਆਲਾ ਪੰਜਾਬ ਨੂੰ ਦੱਸੋ, ਹੁਣ ਤੁਸੀਂ ਗੈਰ ਮੁਲਕ ਨੂੰ ਵਡੇਰਿਆਂ ਨੂੰ ਲੈ ਕੇ ਅੱਗੇ ਆਏ ਜੋ ਵਡੇਰੇ ਜਿਹੜੇ ਨੇ ਉਹਦੇ ਅੱਗੇ ਉਹਦਾ ਖਾਂਦੇ ਪਏ ਨਾ। ਹਾਂਜੀ ਉਹ ਵਡੇਰੇ ਦੇ ਅੱਗੇ ਖਾਂਦੇ ਪਏ ਨਾ, ਵਡੇਰੇ ਦੇ ਅੱਗੇ ਖਾਂਦੇ, ਤੇ ਇਮਰਾਨ ਖਾਨ ਕਿਸ ਮਰਜ਼ੀ ਦੀ ਦੁਆ ਹੈ। ਤੂੰ ਜੀ ਇਸਲਾਮਾਬਾਦ ਆਇਆ, ਤੇਰੀ ਹਕੂਮਤ ਬਣੀ ਹੈ, ਤੈਨੂੰ ਕੋਈ ਲੈ ਕੇ ਆਇਆ? ਕੌਣ ਲੈ ਕੇ ਆਇਆ? ਹਕੀਮ ਦਾ ਪੁੱਤਰ ਅਮਰੀਕਾ ਲੈ ਕੇ ਆਇਆ ਜਾਂ ਜਨਰਲ ਪਰਵੇਜ਼ ਮੁਸ਼ਰਫ ਲੈ ਕੇ ਆਇਆ? ਤੈਨੂੰ ਸ਼੍ਰੀਲੰਕਾ ਲੈ ਕੇ ਆਇਆ? ਹਾਂਜੀ ਤੇ ਜੇ ਤੂੰ ਆਏ ਗਿਆ, ਤੈਨੂੰ ਕਿਸੇ ਨੇ ਤਮਾਦ ਦਾ ਵੋਟ ਦਿੱਤਾ? ਤੇ ਜਿਹੜਾ ਪਾਕਿਸਤਾਨ ਦੇ ਨਾਲ ਖਿਲਵਾੜ ਹੋਇਆ, ਇਮਰਾਨ ਖਾਨ ਕਹਿ ਰਿਹਾ ਜੀ ਪਾਕਿਸਤਾਨ ਕੇ ਲੂਟੀ ਹੋਈ ਦੌਲਤ ਵਾਪਸ ਆ ਰਹੀ ਹੈ, ਉਹ ਨਾਲ ਦੇ ਮਸਾਇਨ ਨੇ ਪੁੱਛਿਆ ਵੀ ਕਿੰਨੀ ਕੁ ਦੌਲਤ ਵਾਪਸ ਆ ਗਈ ਹੈ, ਕਿੰਨੀ ਕੁ ਰਹਿ ਗਈ ਹੈ, ਸਾਨੂੰ ਵੀ ਦੱਸ, ਨਹੀਂ ਤੇ ਅਸੀਂ ਵਾਪਸ ਕਰਵਾ ਦਈਏ, ਅਸੀਂ ਕਰਵਾ ਸਕਦੇ ਹਾਂ। ਹਾਂਜੀ ਹਮਸਾਇਆ ਨੇ ਕਿਹਾ ਇਹਨਾਂ ਨੂੰ, ਹਾਂਜੀ ਕਿਹਾ ਕਿ ਅਮਰੀਕਾ ਕੇ ਮਸੀਹਾ ਕੇ ਵੀ ਹਮ ਮਦਦ ਕਰਨੇ ਕੇ ਲਈ ਤਿਆਰ ਹੈ, ਹਮ ਸੇ ਹੈਲਪ ਮੰਗੋ ਤੋ ਹਮ ਤਿਆਰ ਹੈ, ਹਮ ਤਿਆਰ ਹੈ। ਇਹਨੇ ਕਿ ਅਸੀਂ ਚਾਈਨਾ ਕੋਲੋਂ ਡਰਨੇ ਆ, ਇਰਾਨ ਕੋਲੋਂ ਡਰਨੇ ਆ, ਸਾਊਦੀ ਅਰਬ ਕੋਲ ਡਰਨੇ ਆ, ਤੇ ਰੂਸ ਕੋਲ ਡਰਨੇ ਆ, ਕਿਸੇ ਸੇ ਨਹੀਂ ਡਰਦੇ, ਅਸੀਂ ਅੱਲਾ ਸੇ ਹੀ ਡਰਦੇ ਹਾਂ ਬਸ। ਸਾਡੇ ਕੋਲ ਤੇ ਅਸਲਾ ਵਾਧੂ ਪਿਆ ਅੱਲਾ ਉਸੇ ਦੇ ਉੱਤੇ, ਹਾਂਜੀ ਸਾਨੂੰ ਕਿਹੜੇ ਕੁ ਦੱਸਦੇ ਹੋ। ਮਰਿਆ ਪਿਆ ਵਿਚਾਰਾ ਗਰੀਬ ਨੇ ਕੀ ਇਹਨੂੰ ਮਾਰਿਆ, ਆਪ ਮਰਿਆ ਗਰੀਬ ਤੇ ਦਿਹਾੜੀ, ਤੂੰ ਪਰੇਸ਼ਾਨ ਹੈ ਕਿ ਦਿਹਾੜੀ ਨਾ ਮੇਰੀ ਟੁੱਟ ਜੇ? ਹਾਂਜੀ ਮਹਿੰਗਾਈ ਇੰਨੀ ਹੋਈ ਪਈ ਹੈ, ਹੁਣ ਮਕਾਨ ਕਿਰਾਏ ਤੇ ਲੈਣ ਚਲਾ ਗਿਆ ਗਰੀਬ ਆਦਮੀ, ਤੇ ਉਹ ਮਤਲਬ ਕਿ 30,000 ਰੁਪਇਆ 20,000 ਰੁਪਇਆ ਮਕਾਨ ਦਾ ਕਿਰਾਇਆ ਕਿੱਥੋਂ ਦੇਵੇ ਗਰੀਬ ਬਈ? ਮਤਲਬ ਕਿ ਹੁਣ ਉਹਦੀ ਵਿਚਾਰੇ ਦੀ 18,000 ਰੁਪਇਆ ਤਨਖਾਹ, ਤੇ ਉਹਦੇ 'ਚ ਉਹਨੇ 18,000-20,000 ਰੁਪਇਆ ਮਕਾਨ ਦਾ ਕਿਰਾਇਆ ਦੇਣਾ, ਬਿਜਲੀ ਦਾ ਬਿੱਲ ਦੇਣਾ, ਸੂਈ ਗੈਸ ਦੇਣਾ, ਮਤਲਬ ਕਿ ਚੂੜੇ ਨੂੰ ਸਫਾਈ ਕਰਨ ਵਾਲੇ ਨੂੰ ਅਸੀਂ ਪੈਸੇ ਦੇਣੇ, ਮੁਸ਼ਕਲ ਹੋ ਗਈ, ਬਹੁਤ ਮੁਸ਼ਕਲ ਹੋ ਗਈ। ਹਕੂਮਤ ਕਿਹਦੀ ਹੈ? ਬਹੁਤ ਮੁਸ਼ਕਲ, ਬਹੁਤ ਮੁਸ਼ਕਲ। ਪਹਿਲੇ 200-400-500 ਮੇ ਅੱਛਾ ਵਕਤ ਗੁਜ਼ਰ ਜਾਤਾ ਹੈ। ਹਾਂਜੀ ਹੈ ਤੋ ਅਬ 1,000-1,500 ਰੁਪਏ ਮੇ ਵੀ ਨਹੀਂ ਗੁਜ਼ਰ, ਕਿਉਂਕਿ ਮਹਿੰਗਾਈ ਇਤਨੀ ਹੋ ਗਈ ਹੈ, ਦੂਧ, ਚੀਨੀ, ਪੱਤੀ, ਸਬਜ਼ੀ। ਹਾਂਜੀ ਹੁਣ ਦੁੱਧ ਲੈਂਦਾ ਮਤਲਬ 120 ਰੁਪਇਆ ਦੇ ਰਹੇ ਨੇ, ਉਹ ਨੀਰਾ ਇੰਪੋਰਟਰ ਦੇ ਰਹੇ ਨੇ, ਦਾਅਵੇ ਆਉਂਦੇ ਨੇ ਕਿ ਕੋਈ ਹਕੂਮਤ ਕੀਤੀ ਜਾ ਰਹੀ ਹੈ, ਬਾਕੀ ਦੁੱਧ ਵਾਲਿਆਂ ਨੂੰ ਕੋਈ ਕਵਰ ਨਹੀਂ ਹੋ ਰਹੀ, ਪਤਾ ਲੱਗ ਰਿਹਾ ਜੀ ਉੱਥੇ ਗੱਡੀ ਪਲਟਾਈ ਜਾ ਰਹੀ, ਉੱਥੇ ਪਲਟਾਈ ਜਾ ਰਹੀ, ਉਹੀ ਦੁੱਧ ਹੀ ਨੇ ਜਿਹੜੇ ਬਹਿ ਗਏ ਨੇ, ਉਹ ਕੰਮ ਹੀ ਨਹੀਂ ਕਰਦੇ। ਹਾਂਜੀ ਹੁਣ ਰਿਕੁਐਸਟ ਹੈ ਕਿ ਜੋ ਕਾਸ਼ਤਕਾਰ ਹੈ ਗੰਨੇ ਵਾਲਾ, ਚੀਨੀ ਸਸਤੀ ਕਰਨੀ ਹੈ ਤੇ ਗੰਨੇ ਕੋ ਜੋ ਗੰਨਾ ਪੈਦਾ ਕਰਤੇ ਉਸਕੋ ਪੂਰਾ ਮੁਹੱਈਆ ਕੀਤਾ ਜਾਵੇ, ਜਿਤਨੇ ਕਾ ਵੋ ਗੰਨਾ ਕਰਦਾ ਰਹੇ ਇਤਨਾ ਮੈਂ ਉਸਕੋ ਫਿਰ ਇਨਸ਼ਾਅੱਲਾ ਇਹ ਕੰਟਰੋਲ ਮਹਿੰਗਾਈ ਕਾ ਹੋ ਸਕਦਾ ਹੈ, ਵਰਨਾ ਜਿਤਨੀ ਦੇਰ ਹਮ ਚੀਨੀ ਇੱਕ ਆਦਮੀ ਚੀਨੀ ਜਿਵੇਂ ਕਿ ਗੰਨੇ ਸੇ ਭਾਵੇਂ ਗੁੜ ਤਿਆਰ ਕਰ ਲਓ ਭਾਵੇਂ ਚੀਨੀ ਤਿਆਰ ਕਰ ਲਓ, ਦੋਵੇਂ ਚੀਜ਼ਾਂ ਇੱਕ ਬਰਾਬਰ। ਬੜੀ ਅੱਛੀ ਰਾਇਆ ਜੀ ਆਪਕੀ, ਹਾਂਜੀ ਹਾਂਜੀ ਅੱਲਾ ਬੜੀ ਅੱਛੀ ਰਾਇਆ, ਮਿਹਰਬਾਨੀ ਸ਼ੁਕਰੀਆ, ਫਿਰ ਇਨਸ਼ਾਅੱਲਾ ਇਹ ਕੰਟਰੋਲ ਹੋ ਜਾਏਗਾ ਜੀ। ਹਾਂਜੀ 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 ਇਨਸ਼ਾਅੱਲਾ। ਡਰਾਈਵਰ ਨੇ ਪਾਣੀ ਕਿਧਰ ਗਿਆ? ਇਮਰਾਨ ਖਾਨ ਸਾਹਿਬ ਨੂੰ ਫੀਲ ਹੈ ਨਾ, ਇਹਨਾਂ ਨੂੰ ਕੋਈ ਤੰਗ ਕਰੇ, ਮਕਾਨ ਅੱਗੇ ਨੀ ਵਿਚਾਰੇ ਲੈ ਸਕਦੇ, ਰੋਡਾਂ ਤੇ ਅੱਗੇ ਉਹਨਾਂ ਨੂੰ ਚੁੱਕੀ ਜਾ ਰਹੇ ਨੇ,
लिहाजा इन्होंने रहम किया जाए साड़ी तो इमरान खान साहब अगर बुझाते ना बम धमाके तो बेचारे जनाजे लैके खलोते होंगे कि इमरान खान साहब आए हमारे जनाजे जो है ना आके तो पढ़ाए। हाँ जी क्या ये पाकिस्तान के किसी भी सूबे का हुक्मरान नहीं है मुल्तान दा वज़ीरे खारजा रबिया जेड़ा के सारे मुल्कां नाल सारे सदरां नाल उहनां दी चाइना अमेरिका सऊदी अरब इंडिया सारे नाल हेलो हेलो है जी जी नजर इन्होंने की है इन्होंने की कुछ करना है की कुछ नहीं करना केड़े केड़े टेलीफोन कराने रेसां लगियां ने अगले मैचां दे पैसे लांदे पे ना जुआ तो खुलेआम हो गया जुआ खुलेआम जुआ खुलेआम इन्होंने इंडिया ए जेड़ा रौला ज्यादा पिया ना इंडिया दे मैच तो पिया इंडिया दे जेड़े खिडारी सी ना उन्होंने जाके अपने मुल्क नूं जाके दस दिता उन्होंने कहा जी दुबई च अहीं गए हैं मैच खेडण वास्ते ते सानू उन्होंने मेरा मतलब सपोर्ट नहीं कीती ते सानू उन्होंने नाल गाली गलोच होना पिया इस वजह तो अहीं गाली गलोच दे नहीं कि अहीं उहदे सिर च बल्ला मार दिए लिहाजा कोच दी जिम्मेदारी हैगी सी भारत को नई दिल्ली हिला दी हिला किस तरह दी पंजाब जो बोलता बंब धमाका फड़न बंदे बंदे अहीं फड़ के ते अपना फड़ लैणे ने इन्होंने उन्हां नाल रड़ के मेरा मकसद उन्हां दे चोरां दी मदद करनी है ते लाहौर नूं पंजाब नूं कमजोर कीता जाए असल बात है यानी कि नवाज शरीफ दा ते गबाना ही है ना असल तो दा टारगेट जिहड़ा है लाहौर पंजाब है पंजाब है कि पंजाब दे च दहशतगर्दी दी जंग जिहड़ी है छिड़ी रहे बलोचिस्तान कराची नूं ते पेशावर नूं बचाया जाए तिन्नां सूबिआं नूं पीडीएम दा मौलाना फजलुर रहमान उधरों मेरा मसद है जरदारी साहब उधरों मुल्तान दा वजीर है खारजा ते इमरान खान दा भाई मनसूबा है सारे नु रला के हां जी नाल अच्छा जी ते नाल इहनां दे बादशाह दूसरे भी उन्होंने कहा कि पंजाब तो उन्होंने कहा भाई पंजाब दे च हुकूमत करना बड़ी मुश्किल है एक अफसर ले तुहाडी निगरानी कर रहे है अमेरिका नु धोखा दिता है अमेरिका दे असला इंस्पैक्टर ने जेड़े ईरान च मुआदा करनगे असी ओह भी मिलते रहे ने एक दूसरे मुल्कां नाल ते अमेरिका नु नुकसान होया है उन्होंने आखिया जी उन्होंने सानू रिपोर्टां गलत दित्तियां ने शुमाली कोरिया ने जेड़ा मिसाइल तजर्बा किया कल परसों ओदे जी अमेरिका का कल एक तैयारा गया अमेरिका ने कहा जी आंदे पांच साल इमरान खान ही देने ने कर्जा ले रहे साल बाद चाबी पाकिस्तान की फड़ानी आई एम एफ वाले लो जी मेरे वसों बहर है आप ही कंट्रोल करो IMF वाले भी ते नाल ही जाने ना अच्छा जी ते नाल ही जाने ते नाल ही जानगे क्यों पाकिस्तान ने लेता का IMF दा मुंह ही नहीं देखया पाकिस्तान कहता IMF वाले जेड़े ना इमरान खान को घर में दमाद लख रहे पीटीआई को
पीटी आई को IMF वाले घर दमाद रख ले, सुबह क्वार्टर करे क्या अब ये करना है कल वो करना है, साथ में जो है ना नैब के चेयरमैन को भी साथ रख ले, वो भी बताएगा कितनी गाड़ियां पकड़ी गई, किस किस सूबे से पकड़ी गई हैं, इलेक्ट्रॉनिक गाड़ियां कितनी हैं, हैं दूसरी गाड़ियां कितनी हैं, भेजो तो गड्डियां का कारोबार करना तो फिर गड्डियां का कारोबार कर लो, एक तरफ कर लो कुछ तो कर लो है, लो जी अल्लाह पाक का इलेक्ट्रॉन ना फिर वाशिंग मशीन ना नहीं है बाहर आनी है जना इलेक्शन होना है जो पता नहीं खराब होनगियां सही होनगियां वोटा दे पाण दे काबिल होनगियां में के नहीं होनगियां दुनिया नाल धोखा है क्यों उधरों देखो ना दुनिया बदनाम पता कित्थों हुंदा पाकिस्तान जेले साडे सियासतदान कहंदे जी कलमे के नाम से बना है पाकिस्तान वो अगलिया मूसा दाद है या मसीह है या होर भी मजहबी लोग न मुलक न जनसना न पता चलता है कि की हो रहा है की हो रहा है ए पाकिस्तान ने बदनाम करन टुरे ना पाकिस्तान ने खत्म करन सारे ते फिर पाकिस्तान कह रहे है कि भाई अमेरिका इमरान खान और जनरल परवेज मुशर्रफ और आलमी बरादरी पाकिस्तान का कितना कर्जा देना है, पाकिस्तान को ग्रे लिस्ट में हम जमानत देते हैं, जितना कर्जा लेना है IMF वाले जो हैं वो दूसरे से बात करें, यही देने हैं पाकिस्तान ने जिन्ना कर्जा लिया है लिया है तू ही लिया है इन्हें ही लिया है पाकिस्तान ने नहीं लिया इन्हें लिया कि उन्होंने लिख के देते हैं ना उन्होंने कहा जी नवाज शरीफ ने कर्जा लिया है और फौजों ने लिया है जर्नल ने लिया है पाकिस्तान ने कहीं भी कहीं सहन नहीं किए कि पाकिस्तान ने इतना पैसा लिया है लीडरों ने लिया है सिर्फ लीडरों ने लिया पाकिस्तान को तो जरूरत ही नहीं है कर्जा लेने की ओ भाई सारे IMF वाले जने बीच इंसानी समग्रक फड़े गए ना पाकिस्तान तो सोने की चिड़िया है इधर नेमतें खजाने ही इतने हैं पाकिस्तान में सुभान अल्लाह जी तो जरूरत ही नहीं है कर्जा लेने की वो जेले फिर एंड होया उन्होंने कहा जी ठीक है इमरान खान इस्लामाबाद आए थे ये भी औरतें तो छिले नहाती हैं PTI वाले भी छिले नहाने शुरू कर दिए मर्दों ने भी ऐसा उन्होंने कहा भी ठीक है अगर ये छोटे सूबे नाल इन्हां दे कोई रिश्तेदारी चलती है हैं तो फिर मेरा मकसद है कि बलूचिस्तान नू संभालो ते नाले चले जाओ आहे ते गांडू आप समुंदरां दे झग कड के लैणे तू सानू कोई दसना पिया तरीके वारदाता देख लो ना यार क्या शातर बने हुए हैं समझते हैं कि अवाम बेवकूफ है पता ही नहीं है इनको बम धमाका करवाण नाल जी साडे हुकूमत जड़ी अगे चल जे हुण फिर इस बम धमाका तो सियासत भी तो शुरू होनी है ना अगे कोई ना कोई वाकया मरी दा जड़ा वाकया है इना दी अपनी कमजोरी है क्यों कमजोरी हो जिते गांडू 10,000 गड्डी जानियां तू लाख गड्डी भैन दे होगे जी क्यों ठोक रहे हैं कोई कहदा कानून ने कोई कहदा कानून वो गलती इना ने अवाम विच साडे विच ना देखो तुसीं मैं समझदार हो तुहाडे घर च 5 जी रह रहे ने तुहाडे को टोकन लेके आ ਰਹੀਆਂ ਨੇ ਪਰਚੀਆਂ ਲੈ ਕੇ ਆ ਰਹੀਆਂ ਐਂਟਰੀਆਂ ਹੋ ਰਹੀਆਂ ਨੇ ਮੋਟਰਵੇ ਤੋਂ ਗੁਜ਼ਰ ਰਹੀਆਂ ਨੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੰਨੀਆਂ ਗੱਡੀਆਂ ਕਿੱਥੇ ਜਾ ਰਹੀਆਂ ਨੇ ਕਿੱਥੇ ਜਾ ਰਹੀਆਂ ਤੇ ਉਹਨਾਂ ਨੂੰ ਦੱਸੋ ਵੀ ਉੱਥੇ ਜਗ੍ਹਾ ਨਹੀਂ ਹੈਗੀ ਇੰਨੀ ਕਿੱਥੇ ਜਾਈ ਜਾ ਰਹੇ ਹੋ ਬੋਰਡ ਵੀ ਨਹੀਂ ਕੱਟ ਸਕੋਗੇ ਤੁਸੀਂ ਹਾਂ ਵਾਹ 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 ਐਸੀ ਉਹਨਾਂ ਨੇ ਪੈਸੇ ਇਕੱਠੇ ਕਰਨਾ ਕਰ ਲਏ ਹਾਂਜੀ ਪੈਸੇ ਇਕੱਠੇ ਕੀਤੇ ਬਾਬਾ ਜੀ ਮਰੀ ਮੈਂ ਪਾਰਕਿੰਗ ਫੁੱਲ ਜੀ ਜੀ ਹੋਟਲ ਫੁੱਲ हर रोड फुल कभी कहते हैं 21,000 गाड़ी वापस की है कभी कहते हैं 30,000 वापस की है ये सारी गलती इन्हीं की है बाबा जी अभी मेन गलती हुक्मरानों की है समझ लगी ना ये जो घर में बैठे हुए थे वाकई सही कह रही वो मरियम नवाज गलत नहीं कह रही हालांकि मैं भी PTI का बंदा हूँ इन्होंने गलती इनके सामने आ रही है तो अब जो छुपा रहे हैं इतने बंदे मर गए इतने बंदे तो काफी मरे हैं
क्यों नहीं सही बताते ये? नहीं बताते यार, 23 मरे हैं, 23 मरे हैं, 23 मरे हैं। पुरानी फोटो तस्वीरें दिखाई जा रहे हैं लोगों को, 5 मील 6 मील उधर तो रोड नहीं, नहीं खड़ी थी उधर तो भाई वो कैमरे वाला जा ही नहीं सकता था, कोई नहीं जा सकता था। ये तस्वीरें की तस्वीर ले ली इन्होंने, वो पुरानी 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 तस्वीरें, ये मोबाइलों से पास मियां साहब के थे, 3 बार बनाया, बाद में काफ लीग में शमूलियत, काफ लीग के बाद अब वजीरे इमरान साहब को सपोर्ट कर रहे हैं। पहले हम सबसे पहले मियाँ साहब और जरदारी साहब दोनों को हम सपोर्ट करते थे। बाद में जब हम हमने आवाम से अपने मुल्क के लिए जब छोटा ना आवाम तो लानते भेजेगी हमारे ऊपर भी, हमने कहा पीर फकीर का नाम बदनाम ना हो, इसलिए हम इनको गुड बाय माफ़ी मांगे कि यार तुहाडा हो रहा है, ऐसा नून लीग तू ना दो नुकते रख के काफ लीग कायदे आजम ग्रुप जिंदाबाद जिंदाबाद, तरीके साहब भी जिंदाबाद, बल्लिया नहीं बल्ले बल्ले नाल ट्रैक्टर चले, हाँ जी बल्लिया नहीं बल्ले बल्ले नाल ट्रैक्टर चले, चौधरी पटेले साहब जिंदाबाद, साढ़े चौधरी बजार साहब साढ़े पीर का अपना इलेक्शन लड़ते हैं, वो भी मास्टर जाके वे सद 85 पिंड की थाली है, मियाँ नवाज साहब की अपनी वो असर रखी सामभ के, तो उत्तर वेख ले इंशाला पा फौज भी इंशाला सही देखो कि रास दया गल दस मलंग मलंग किथे किथे फिरदा ना गल्लां दा राज दियां दसण डिया, लेकिन हुण वज़ीर आला पंजाब जिहड़ा गुजरात है, गुजरात दा इहनू बंदा पुछे वी तैनू वज़ीर आला पंजाब कौण बणा के गया है, अल्लाह पाक दी लाठी बड़ी बेवाज है ना, अल्लाह पाक दे के भी जमानदा लै के भी जमानदा, अगला कह रहा जी मेरे अपने काम ना मैं खुद कर लूंगा, चल अगला कह रहे मैं खुद एजेंसियों का काम, कोई भी काम हो तो मैं अपना काम खुद भी कर सकता हूँ, मुझे वजीर आजम और वजीर आलम की क्या जरूरत है। ये इमरान खान साहब कहते हैं, कौन कहता है? कोई भी अल्लाह का आदमी होगा ना जिस तरह निजाम चलाना है, हाँ जी 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 जी, ये उसको भी नहीं छोड़ते ना, नहीं छोड़ते, ऐसा ही ऐसा ही ऐसा। अल्लाह पाक जी कोई फिर वो कहता है कि ये पाकिस्तान एक ऐसी सरजमीन है जिसके ऊपर हर बादशाहों ने अपना अपना खून बहाया है, चाहे वो चाइना का है, चाहे वो अफगानी है, चाहे वो इंडियन है, चाहे वो अमेरिकन है, चाहे वो श्रीलंका का है ना, पीछे जो श्रीलंका का भी एक आदमी मारा गया उसको जी फलाना फलाना ये जुर्म है, उसने कुरान पाके तुहेने की, सिर्फ जब ये केस हार जाते हैं ना तो उस आदमियों के ऊपर ना ऐसे ऐसे केस लगाते हैं कि दुनिया जो है ना जोश में आ जाए, या कदम के हमारे कराने पाक के उसने बेरुमती की, लेकिन होता भी कुछ की गया उन्होंने मरवा दिता जाए, फिर वो मारन आने का दसाया जाए भी फलाने मुल्क या फलाने बंदे ने उन्होंने अगू होर दुश्मनी भैन चो देना, वो हीरो बनाता मरवा भी देना, मरवा भी देना, कैसे दो धारी तलवार कराने ले आप ही कराने ले आप ही अल्लाह ही अल्लाह जी, अल्लाह पाक अपने हिफ्ज़ो ईमान च रखे जी, मालिक सब दी खैर करे, जिंदे वास्ते रहो जी। बाकी एजेंसियां दा काम है भाई, जे कोई हुंदा मसला मसायल ते उहनां दे अपने ख्यालात हुंदे ने, उहनां दे फौजी मारदे ने फौज मारदी, अगले फिर भी जायजा लैंदे रहंदे ने कि भी केड़े केड़े मुल्क दी वजह नाल हो रहा है, अगर अगला फिर और मजबूत हो जांदा है। तिन सिकड़ बनाईए ते ऐसा ही ऐसा ही रब ही रब आप लोगों के किसने बोला खाता को तुम अपने खातून को दुबई में लेके जाओ, मरी है ना, पहले कराची लगी मरन फिर इस्लामाबाद आके मरी, इन्होंने पाकिस्तान का झंडा न्यू किया जी जनरल परवेज मुशरफ ने,
ਜੇ ਮਰੀ ਹੈ ਤੇ ਜਰਨਲ ਦੇ ਦੌਰ ਤੇ ਮਰੀ ਹੈ ਜ਼ਰਦਾਰੀ ਉਹਦੇ ਤੇ ਕੇਸ ਕਰਾਇਆ ਕਿ ਬਈ ਤੇਰੇ ਦੌਰ ਚ ਮਰੀ ਹੈ ਤੇ ਜ਼ਰਦਾਰੀ ਆਪ ਸਦਰ ਹੈ ਉਹ ਕੇਸ ਜਿਹੜਾ ਨਾ ਪੰਜਾਬ ਦੇ ਦੁਸ਼ਮਣੀ ਨਾਲ ਇਹਨਾਂ ਦਾ ਤਾਲਾ ਕੇ ਗਿਆ ਕਿ ਪੰਜਾਬ ਨੂੰ ਖਤਮ ਕੀਤਾ ਜਾਏ ਹਾਂ ਅਸਲ ਬਾਤ ਹੈ ਹੁਣ ਸਾਡਾ ਮਸਾਇਆ ਹੈ ਇਹਨਾਂ ਦਾ ਸਾਨੂੰ ਖਿਆਲ ਕਰਨਾ ਚਾਹੀਦਾ ਅੱਜ ਉੱਥੇ ਬਿਸਤਰ ਇੱਧਰ ਆ ਜਾ ਇੱਥੇ ਲੰਮੇ ਪੈ ਉਹ ਕਹਿੰਦਾ ਨਾ ਕਿ ਅਸਾਸ ਇਹ ਹੁੰਦਾ ਕਿ ਹਮਸਾਇਆ ਦਾ ਖਿਆਲ ਤੇ ਜਦੋਂ ਪੰਜਾਬ ਚ ਬੰਬ ਧਮਾਕੇ ਲਾਹੌਰ ਚ ਸਰੇਆਮ ਹੁੰਦੇ ਪਏ ਨੇ ਮੇਰਾ ਮਸਲ ਇਹ ਤੇ ਲਾਹੌਰ ਦੇ ਤੇ ਫਿਰ ਮੇਰਾ ਬਸ ਲੋਕ ਜਿਹੜੇ ਨੇ ਲਵਾਰਸ ਹਨ ਲਵਾਰਸ ਤੇ ਸੇਫ ਨਹੀਂ ਹੈ ਸੇਫ ਨਹੀਂ ਹੈ ਸੇਫ ਨਹੀਂ ਹੈ ਦੇਖੋ ਨਾ ਮਾਰਕੀਟਾਂ ਦੇ ਵਿੱਚ ਤੇ ਫੜਾ ਪਿਆਲੀਆਂ ਇੰਨੀ ਸਿਕਿਉਰਿਟੀ ਹੁੰਦੀ ਹੈ ਇੰਨੀਆਂ ਨਾਕੇ ਇਤਨੀਆਂ ਚੈਕਿੰਗਾਂ ਫੜ ਕੇ ਦਿੱਤੇ ਨੇ ਇਹ ਵਜ਼ੀਰ ਆਲਾ ਦੌਰ ਦੇ ਵਿੱਚ ਹੀ ਇਹ ਵਜ਼ੀਰ ਆਲਾ ਪੰਜਾਬ ਨੂੰ ਬੰਦੇ ਫੜ ਕੇ ਦਿੱਤੇ ਨੇ ਜਿਹੜੇ ਲਾਹੌਰ ਦੇ ਵਿੱਚ ਬੰਬ ਧਮਾਕੇ ਕਰਦੇ ਸੂਰਾ ਭਰਾ ਇਹਨਾਂ ਨੂੰ ਦੱਸਿਆ ਫਿਰ ਇਹਨਾਂ ਨੂੰ ਫੜ ਕੇ ਵੀ ਦਿੱਤੇ ਵਾਰੇ ਵਾ ਇਹ ਫਿਰ ਉਹਨਾਂ ਨਾਲ ਹੀ ਰਲ ਰੁਲ ਜਾਂਦੇ ਨੇ ਦੂਸਰੀ ਏਜੰਸੀ ਵੀ ਕਰ ਸਕਦੀ ਹੈ ਉਹ ਖੁਦ ਵੀ ਅਗਰ ਪਾਕਿਸਤਾਨ ਨੇ ਲੈ ਸਕਦਾ ਤੋ ਦੂਸਰਾ ਵੀ ਕੋਈ ਮੁਲਹ ਲੈ ਸਕਦਾ ਉਹਨੇ ਕਿਹਾ ਵੀ ਇਹ ਤਾਂ ਮਰੀ ਵਾਲਾ ਵਾਕਿਆ ਹੈ ਉਹਨੇ ਕਿਹਾ ਵੀ ਕੀ ਹੋਇਆ ਉਹਨਾਂ ਨੇ ਕਿਹਾ ਜੀ ਉੱਥੇ ਬਰਫ਼ਬਾਰੀ ਹੋਈ ਹੈ ਤੇ ਬੜੀ ਗੱਡੀ ਆਈ ਹੈ ਉਹਨੇ ਕਿਹਾ ਜੀ ਨਾਰਕਲੇ ਕਿਹਦੀ ਗੱਡੀ ਆਈ ਹੈ ਨਾਰਕਲੇ ਨੇ ਗੱਡੀ ਆ ਸਕਦੀ ਹਾਂਜੀ ਉਹਨਾਂ ਨੇ ਕਿਹਾ ਜੀ ਸ਼ੇਖ ਹਰਜੀਤ ਦੀ ਉਹਨਾਂ ਨੇ ਕਿਹਾ ਜੀ ਠੀਕ ਹੈ ਸਾਨੂੰ ਪਤਾ ਲੱਗਿਆ ਮਾਸਕੋ ਚਾਈਨਾ ਇਰਾਨ ਜਿਹੜਾ ਨਾ ਇਸਲਾਮਾਬਾਦ ਆ ਕੇ ਪਾਕਿਸਤਾਨ ਦੀ ਫੌਜ ਦੇ ਨਾਲ ਆ ਕੇ ਟ੍ਰੇਨਿੰਗ ਸੈਂਟਰ ਨਵਾਂ ਖੋਲਿਆ ਉਹਨਾਂ ਨੇ ਕਿਹਾ ਜੀ ਸ਼ੇਖ ਹਰਜੀਤ ਕਿਤੇ ਸ਼ਾਦੀ ਨਹੀਂ ਹੋਈ ਉਹ ਵੀ ਰੰਡਵਾ ਤੋ ਕਹਿਤਾ ਜੀ ਮੈਂ ਨਾ 7-8 ਮਾਲਕ ਕਾ ਮੁਕਾਬਲਾ ਕਰੂੰਗਾ ਨਾਕਾਮ ਹੋ ਗਿਆ ਤੇ ਆਪਣਾ ਪੁਰਾਣੇ ਨਵੇਂ ਨਾਰਕਲੀ ਬੰਬ ਧਮਾਕਾ ਹੋ ਗਿਆ ਜੇ ਤੂੰ 7-8 ਨੂੰ ਲਲਕਾਰਨਾ ਪਿਆ 7-8 ਤੈਨੂੰ ਪਤਾ ਕੌਣ ਹੈ ਬੜੀ ਏਜੰਸੀ ਹੈ ਕੋਈ 7-8 ਯਾਨੀ ਕਿ 7 ਭਰਾ ਨ ਅੱਛਾ ਜੀ 7-8 ਕਹਿੰਦੇ ਨੇ ਸੱਤ ਚੀਜ਼ਾਂ ਦਾ ਜਿਹਦੇ ਨਾਂ ਤੇ ਹੁਣ 7 ਨਿਊਜ਼ ਵੀ ਬਣ ਗਿਆ 7 ਨਿਊਜ਼ ਵੀ ਬਣ ਗਿਆ ਬਣ ਗਿਆ ਨਾ ਇਹ ਪੇਟ ਇਹ ਜਿਹੜਾ ਉਹ ਖਬਰਾਂ ਦਿੰਦੇ ਨੇ 7 ਨਿਊਜ਼ ਅੱਛਾ ਉਹ ਵੀ ਇਹਨਾਂ ਨੇ ਆਪਣਾ ਬਣਾ ਲਿਆ ਹੈ ਇਹ ਆਪਣਾ ਬੁੱਲੇ ਸ਼ਾਹ ਲਾਲ ਸ਼ਾਹ ਤੇ ਸਾਰਿਆਂ ਨੇ ਮਿਲ ਮਿਲਾ ਕੇ ਇੱਕ ਆਇਆ ਅਫਸਰ ਉਹਨੇ ਕਿਹਾ ਵੀ ਹਾਂਜੀ ਕਿੱਧਰ ਆਏ ਹੋ ਇਹ ਤੋ ਦੂਸਰਾ ਇਲਾਕਾ ਹੈ ਆਪਕੇ ਪਾਸ ਪਾਸਪੋਰਟ ਨਹੀਂ ਹੈ ਕਹਿੰਦੇ ਜੀ ਪਾਸਪੋਰਟ ਲਾ ਕੇ ਲਾਜ਼ਮੀ ਪਾਸ ਹੀ ਰੱਖਣਾ ਹਾਂ ਘਰ ਵੀ ਰੱਖ ਸਕਦਾ ਬੰਦਾ ਉਹਨੇ ਕਿਹਾ ਜੀ ਪਾਸਪੋਰਟ ਅਗਰ ਇਸ ਮੁਲਕ ਮੈਂ ਪਾਸ ਰੱਖਣਾ ਹੈ ਤਾਂ ਫਿਰ ਵੀ ਐਵੇਂ ਤਾਂ ਕਿਸੇ ਨੇ ਨਹੀਂ ਬਤਾਇਆ ਹੈਂ ਉੱਥੋਂ ਇਹਨਾਂ ਦੀ ਜਿਹੜੀ ਲੜਾਈ ਹੋ ਗਈ ਪਾਣੀ ਗਰਮ ਨਹੀਂ ਹੋ ਗਿਆ ਅਫਸਰ ਹੈਗਾ ਇਸ ਚੁੱਕੇ ਹੈਲੋ ਰਿਪੋਰਟ ਇੱਕ ਵੀ ਆਈ ਉਹਨੇ ਕਿਹਾ ਜੀ ਇਮਰਾਨ ਖਾਨ ਤੇ ਵਜ਼ੀਰ ਆਲਾ ਪੰਜਾਬ ਦੀ ਭੈਣ ਜਿਹੜੀ ਹੈ ਨਾ ਉਹ ਨੱਸ ਗਏ ਸੀ ਬਲੋਚਿਸਤਾਨ ਚ ਬਾਗ ਚ ਉਹਨੇ ਫੜੇ ਗਏ ਕਹਿੰਦਾ ਜੀ ਬਾਗ ਚ ਉਹਨੇ ਫੜੇ ਗਈ ਅੰਬੀਆਂ ਚੁੱਪਣ ਗਈ ਹਾਂ ਬਾਗ ਚ ਉਹਨੇ ਫੜੇ ਗਈ ਚਲੋ ਜੀ ਕਹਿੰਦਾ ਬਾਗ ਚ ਉਹਨੇ ਫੜੇ ਗਈ ਆਪਦਾ ਪਰਵੇਨ ਮੋਟੀ ਦੇ ਘਰੋਂ ਫੜੇ ਗਈ ਅੱਛਾ ਜੀ ਸਿੰਗਰ ਜੋ ਸੀ ਹਾਂਜੀ ਬਸ ਸੁਣਨੇ ਗਈ ਹੋਗੀ ਨਾ ਉਹਨਾਂ ਕੋ ਹਾਂ ਲਓ ਜੀ ਖੈਰ ਹੋਵੇ ਜੀ ਥੈਂਕ ਯੂ